ਬੀਤੇ ਦਿਨ ਪਟਿਆਲਾ ਦੇ ਵਿੱਚ ਉਸ ਸਮੇਂ ਮਾਹੌਲ ਤਣਾਅ ਵਾਲਾ ਹੋ ਗਿਆ ਜਦੋਂ ਮੁੱਖ ਮੰਤਰੀ ਸਾਹਿਬ ਦੀ ਰਿਹਾਇਸ਼ ਦੇ ਵੱਲ ਲੋਹੜੀ ਮੰਗਣ ਜਾ ਰਹੇ ਅਧਿਆਪਕਾਂ ਤੇ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ। ਇਹ ਲਾਠੀਚਾਰਜ ਕਰਨ ਦੀ ਨੌਬਤ ਉਸ ਸਮੇਂ ਆਈ ਜਦੋਂ ਅਧਿਆਪਕ ਆਗੂ YPS ਚੌਂਕ ਦੇ ਵਿੱਚ ਲੱਗਿਆ ਬੈਰੀਕੇਡ ਤੋੜ ਕੇ ਮੋਤੀ ਮਹਿਲ ਦੇ ਵੱਲ ਵੱਧ ਰਹੇ ਸਨ। ਇਸ ਮੌਕੇ ਸੰਬੋਧਨ ਕਰਦਿਆਂ ਹੋਇਆਂ ਅਧਿਆਪਕ ਆਗੂਆਂ ਨੇ ਕਿਹਾ ਕਿ ਸਿੱਖਿਆ ਮੰਤਰੀ OP ਸੋਨੀ ਦੇ ਵੱਲੋਂ ਅਧਿਆਪਕਾਂ ਦੇ ਪੱਕੇ ਮੋਰਚੇ ਦੇ ਵਿੱਚ 1 ਦਸੰਬਰ ਨੂੰ ਪਹੁੰਚ ਕੇ ਜਨਤਕ ਤੌਰ ਤੇ ਐਲਾਨ ਅਤੇ ਭਰੋਸੇ ਦਿੱਤੇ ਗਏ ਸਨ, ਜਿਸ ਉਪਰੰਤ ਮੋਰਚੇ ਦੇ ਵੱਲੋਂ ਸੰਘਰਸ਼ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਸੀ। ਆਗੂਆਂ ਨੇ ਕਿਹਾ ਕਿ ਸਿੱਖਿਆ ਮੰਤਰੀ ਦੇ ਵੱਲੋਂ ਜੋ ਵਾਅਦੇ ਕੀਤੇ ਗਏ ਸਨ ਉਹ ਪੂਰੇ ਨਹੀਂ ਹੋਏ, ਜਿਸ ਕਾਰਨ ਸਿੱਖਿਆ ਮੰਤਰੀ ਵਰਗੇ ਅਹਿਮ ਅਹੁਦੇ ਦੀ ਭਰੋਸੇਯੋਗਤਾ ਨੂੰ ਗਹਿਰੀ ਸੱਟ ਲੱਗੀ ਹੈ। ਇਹੀ ਕਾਰਨ ਹੈ ਕਿ ਅਧਿਆਪਕ ਵਰਗ ਦੇ ਵਿੱਚ ਰੋਸ ਦੀ ਭਾਵਨਾ ਪਾਈ ਜਾ ਰਹੀ ਹੈ। SSA ਰਮਸਾ ਅਧਿਆਪਕ ਯੂਨੀਅਨ ਵੱਲੋਂ ਅੱਜ ਅਸੀਂ 8 ਮਹੀਨੇ ਤੋਂ ਤਨਖਾਹਾਂ ਨਾ ਆਉਣ ਦੇ ਰੋਸ ਵਜੋਂ ਲੋਹੜੀ ਮੰਗਣ ਦੇ ਲਈ ਮੁੱਖ ਮੰਤਰੀ ਦੇ ਮਹਿਲ ਵੱਲ ਜਾ ਰਹੇ ਸੀ। ਸਾਨੂੰ ਰਸਤੇ ਦੇ ਵਿੱਚ YPS ਚੌਂਕ 'ਤੇ ਰੋਕਿਆ ਗਿਆ ਹੈਗਾ, ਪਰ ਸਾਡੇ ਅਧਿਆਪਕਾਂ ਦੇ ਮਨ ਦੇ ਵਿੱਚ ਇੰਨਾ ਗੁੱਸਾ ਹੈ ਕਿ ਉਹ ਮਹਿਲ ਤੱਕ ਜਾਣ ਦੇ ਲਈ ਬਜਿੱਦ ਸੀ, ਇਸ ਕਰਕੇ ਟਕਰਾਅ ਹੋਇਆ ਹੈਗਾ ਅਧਿਆਪਕਾਂ ਅਤੇ ਪੁਲਿਸ ਦਾ। ਸਾਡੇ ਨਾਲ ਧੱਕਾ ਮੁੱਕੀ ਕੀਤੀ ਗਈ ਹੈ ਸਾਡੇ ਲੇਡੀਜ਼ ਟੀਚਰਾਂ ਦੇ ਨਾਲ ਵੀ, ਇਸ ਕਰਕੇ ਅਸੀਂ ਇੱਥੇ ਤੱਕ ਪਹੁੰਚੇ ਹੈਗੇ ਹਾਂ। ਤਿਉਹਾਰਾਂ ਦੇ ਦਿਨ ਦੀਵਾਲੀ ਦੇ ਮੌਕੇ ਵੀ ਸਾਡੇ ਨਾਲ ਪੁਲਿਸ ਨੇ ਧੱਕਾ ਕੀਤਾ ਅਤੇ ਅੱਜ ਵੀ ਲੋਹੜੀ ਦੇ ਤਿਉਹਾਰ ਦੇ ਮੌਕੇ ਵੀ ਸਾਡੇ ਨਾਲ ਧੱਕਾ ਕੀਤਾ ਗਿਆ ਹੈਗਾ, ਜਿਸ ਕਰਕੇ ਅਸੀਂ ਰੋਸ ਦੇ ਵਿੱਚ ਅੱਜ ਅਸੀਂ ਮਹਿਲ ਦੇ ਸਾਹਮਣੇ ਬੈਠੇ ਹਾਂ। ਅੱਜ ਸਾਡਾ ਕੋਈ ਧਰਨਾ ਪ੍ਰਦਰਸ਼ਨ ਕਰਨ ਦਾ ਮੂਡ ਨਹੀਂ ਸੀ, ਅੱਜ ਅਸੀਂ ਲੋਹੜੀ ਮੰਗਣ ਆਏ ਸੀ ਕਿ 8 ਮਹੀਨੇ ਦੀ ਸਾਡੀ ਤਨਖਾਹ ਰੁਕੀ ਹੋਈ ਹੈ, ਤੁਸੀਂ ਇਸ ਦੇ ਵਿੱਚੋਂ ਕਿੰਨੀ ਤਨਖਾਹ ਦੇ ਰਹੇ ਹੋ ਤਾਂ ਕਿ ਅਸੀਂ ਆਪਣਾ ਲੋਹੜੀ ਦਾ ਤਿਉਹਾਰ ਮਨਾ ਸਕੀਏ। ਇਹ ਮੰਗ ਲੈ ਕੇ ਅੱਜ ਇੱਥੇ ਆਏ ਸੀ ਅਸੀਂ, ਪਰ ਜਿਵੇਂ ਪਹਿਲਾਂ ਵੀ ਧੱਕਾ ਕੀਤਾ ਜਾਂਦਾ ਰਿਹਾ ਸਾਡੇ ਨਾਲ, ਅੱਜ ਵੀ ਉਹ ਧੱਕਾ ਬਰਕਰਾਰ ਆ। ਸਾਡੇ ਅਧਿਆਪਕਾਂ ਨੂੰ ਤਨਖਾਹਾਂ ਦੀ ਬਜਾਏ ਪੁਲਿਸ ਦੇ ਧੱਕੇ ਮਿਲ ਰਹੇ ਨੇ, ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤਾਂ ਰੋਲੀਆਂ ਜਾ ਰਹੀਆਂ ਨੇ ਉਹਨਾਂ ਨਾਲ ਧੱਕਾ ਮੁੱਕੀ ਕਰ। ਇੱਥੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਅਧਿਆਪਕ ਮਹਿਜ 1 ਮਹੀਨੇ ਤੋਂ ਬਾਅਦ ਮੁੜ ਸੰਘਰਸ਼ ਦੀ ਰਾਹ 'ਤੇ ਤੁਰ ਪਏ ਨੇ ਅਤੇ ਇਸ ਤੋਂ ਪਹਿਲਾਂ ਵੀ ਉਹ ਲੰਬੇ ਸਮੇਂ ਤੋਂ ਆਪਣੀ ਮੰਗਾਂ ਨੂੰ ਲੈ ਕੇ ਮਰਨ ਵਰਤ ਰੱਖ ਚੁੱਕੇ ਨੇ। ਪਟਿਆਲਾ ਤੋਂ ਰਾਓ ਵਰਿੰਦਰ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ, ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਰੋ 93978 93978।